ਸੋ ਅਸੀਂ ਇਹ ਚਾਹੁੰਦੇ ਹਾਂ ਵੀ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਆ ਵੀ ਹੁਣ ਕੱਲ੍ਹ 18 ਤਰੀਕ ਦੈਨ ਵੀਰਵਾਰ ਪੂਰੇ 12 ਵਜੇ ਜਿਹੜਾ ਆ ਉਸ ਹੋਸਪਿਟਲ ਜਿਹੜਾ ਆ ਸਾਰੇ ਸਾਥੀ ਪਹੁੰਚੋ। ਸੰਤ ਸਮਾਜ ਨੂੰ ਬੇਨਤੀ ਕਰਦੇ ਹਾਂ, ਸਮੂਹ ਜਥੇਬੰਦੀਆਂ ਨੂੰ, ਚਾਹੇ ਉਹ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਹੋਵੇ, ਚਾਹੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਨਾਂ 'ਤੇ ਹੋਵੇ, ਚਾਹੇ ਭਗਵਾਨ ਬਾਲੀ ਮਹਾਰਾਜ ਦੇ ਨਾਂ 'ਤੇ ਹੋਵੇ, ਸਤਿਗੁਰੂ ਕਬੀਰ ਮਹਾਰਾਜ ਦੇ ਨਾਂ 'ਤੇ ਹੋਵੇ, ਸਮੁੱਚਾ ਸਮਾਜ, ਸਮੁੱਚੀ ਜਥੇਬੰਦੀਆਂ ਜਿਹੜੀਆਂ 12 ਵਜੇ ਉੱਥੇ ਪਹੁੰਚਣ ਤਾਂ ਜੋ ਵੱਡਾ ਇੱਕ ਜਿਹੜਾ ਐਕਸ਼ਨ ਲਿਆ ਜਾਵੇ ਜੇਕਰ ਲੋੜ ਪਈ ਸਾਰਿਆਂ ਸਲਾਹ ਦੇ ਨਾਲ ਅਤੇ ਆਪਾਂ ਜਿਹੜਾ ਉੱਥੇ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਪੱਕਾ ਧਰਨਾ ਜਿਹੜਾ ਦਿਨ ਰਾਤ ਦਾ ਲਾਵਾਂਗੇ ਅਤੇ ਉਹ ਸਾਡੇ ਰਹਿਬਰਾਂ ਦਾ ਜਿਹੜਾ ਉਹਨਾਂ ਨੇ ਜਿਹੜਾ ਬੇਅਦਬੀ ਕੀਤੀ ਉਹ ਪਰਚਾ ਜਿਹੜਾ ਬੈਂਕ ਦੇ ਉੱਪਰ ਏਜੰਸੀਆਂ 'ਤੇ ਤਹਿਸੀਲਦਾਰ ਜਿਹੜੇ ਆ ਜਿਹਨਾਂ ਨੇ ਤਾਲਾ ਲਾਇਆ ਉਹਨਾਂ ਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਆਪਾਂ ਕਰਾ ਸਕੀਏ। ਸੋ ਆਪਾਂ ਇਹ ਚਾਹੁੰਦੇ ਹਾਂ ਵੀ ਕਈ ਲੋਕਾਂ ਦਾ ਸਾਨੂੰ ਸਵਾਲ ਪੁੱਛਿਆ, ਆਪਾਂ ਸਾਰਿਆਂ ਨੂੰ ਇਹ ਕਿਹਾ ਬਈ ਜੋ ਬੇਅਦਬੀ ਜਿਹਨਾਂ ਨੇ ਸਾਥੀਆਂ ਨੇ ਕਰਾਈ, ਡਾਕਟਰਾਂ ਨੇ ਕਰਾਈ ਜਾਂ ਹੋਰ ਕਰਾਈ ਆ, ਉਹ ਸਾਰੇ ਡਾਕਟਰ ਜਿਹੜੇ ਨਵੇਂ ਰੱਖੇ ਜਾਊਂਗੇ ਅਤੇ ਡਾਕਟਰ ਨਵੇਂ ਰੱਖੇ ਜਾਊਂਗੇ ਅਤੇ ਜਿਹੜੀ ਰਜਿਸਟਰੀ ਆ ਬੰਦਿਆਂ ਦੇ ਨਾਮ 'ਤੇ ਆ ਉਹ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਜਿਹੜੀ ਆ ਉਹਦੀ ਰਜਿਸਟਰੀ ਕਰਾਈ ਜਾਊਂਗੀ। ਕਿਸੇ ਦੇ ਨਾਮ 'ਤੇ ਨਿੱਜੀ ਨਾਮ 'ਤੇ ਹੁੰਦਾ, ਜੇਕਰ ਰਹਿਬਰਾਂ ਦੇ ਨਾਂ 'ਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਨਾ ਹੁੰਦਾ, ਕਿਸੇ ਬੰਦੇ ਦੇ ਨਾਮ 'ਤੇ ਹੁੰਦਾ, ਚਲੋ ਫਿਰ ਤਾਂ ਤੁਸੀਂ ਸ਼ਰਿਆਮ ਜਿਹੜਾ ਉਹ ਤਾਲੇ ਲਾ ਸਕਦੇ ਵੀ ਸਾਨੂੰ ਲੋਨ ਜਿਹੜਾ ਉਹ ਨਹੀਂ ਦਿੱਤਾ। ਪਰ ਸਤਿਗੁਰੂਆਂ ਦੇ ਨਾਮ ਦੇ ਉੱਪਰ ਜਿਹੜਾ ਹੋਸਪਿਟਲ ਨੂੰ ਫਟਾਫਟ ਬੰਦ ਕਰਕੇ ਸੀਲ ਕਰ ਦੇਣਾ, ਇੱਕ ਸਮੁੱਚੇ ਰਵਿਦਾਸੀਆ ਸਮਾਜ, ਸਮੁੱਚੇ ਹੀ ਮੂਲਵਾਸੀ ਸਮਾਜ, ਸਮੁੱਚੇ ਹੀ ਬਹੁਜਨ ਸਮਾਜ ਦੀ ਜਿਹੜੀ ਇਹ ਮਾਨਸਿਕਤਾ ਨੂੰ ਦਿਖਾਇਆ ਗਿਆ, ਜਾਣ ਬੁੱਝ ਕੇ ਜਿਹੜਾ ਉੱਥੇ ਸ਼ਰੇਆਮ ਜਿਹੜੇ ਆ ਤਾਲੇ ਲਾਏ ਗਏ। ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਵਾਲਮੀਕਿ, ਹਰਿ ਹਰਿ ਵਾਲਮੀਕਿ। ਸੋ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਪਰ ਜਿਹੜਾ ਹੋਸਪਿਟਲ ਜਿਹੜਾ ਚੈਰੀਟੇਬਲ ਹੋਸਪਿਟਲ ਸੀਗਾ ਜੋ ਕਾਫੀ ਚਿਰ ਤੋਂ ਜਿਹੜਾ ਚੱਲ ਰਿਹਾ ਸੀਗਾ, ਪਰ ਕੁਝ ਕਾਰਨਾਂ ਕਰਕੇ ਉਹਦੀ ਜਿਹੜੀ ਬੇਅਦਬੀ ਆ ਉਹ ਕੀਤੀ ਗਈ। ਇਹ ਜਿਹੜਾ ਹੋਸਪਿਟਲ ਸੀਗਾ ਆਪਣੇ ਬੰਗੇ ਤੋਂ ਜਿਹੜਾ ਫਲਾਈਓਵਰ ਟੱਪ ਕੇ ਅੱਗੇ ਥਾਂਦੀਆਂ ਜਿਹੜਾ ਪਿੰਡ ਆ ਉਸ ਦੇ ਉੱਪਰ ਰੋਡ ਦੇ ਉੱਪਰ ਨਾਲ ਹੀ ਜਿਹੜਾ ਸਥਿਤ ਸੀਗਾ। ਜਦੋਂ ਇਹ ਪਤਾ ਚੱਲਿਆ ਬਈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਚੈਰੀਟੇਬਲ ਹੋਸਪਿਟਲ ਨੂੰ ਜਿਹੜੇ ਤਾਲੇ ਲਾਏ ਗਏ, ਤਾਲੇ ਲਾਉਣ ਵਾਲੇ ਕੌਣ ਸੀ? ਤਹਿਸੀਲਦਾਰ ਅਤੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ। ਪਰ ਅਫਸੋਸ ਦੀ ਗੱਲ ਆ ਵੀ ਸਾਡੇ ਜ਼ਿਲ੍ਹੇ ਦੇ ਜਿਹੜੇ SSP ਆ ਨਵੇਂ ਸ਼ਹਿਰ ਅਤੇ DC ਨਵਾਂ ਸ਼ਹਿਰ, ਜੋ ਉਹਨਾਂ ਨੂੰ ਪਤਾ ਵੀ ਸੀਗਾ ਵੀ ਜੇਕਰ ਕਿਸੇ ਦੇ ਨਾਮ 'ਤੇ ਨਿੱਜੀ ਨਾਮ 'ਤੇ ਹੁੰਦਾ, ਜੇਕਰ ਰਹਿਬਰਾਂ ਦੇ ਨਾਂ 'ਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਨਾ ਹੁੰਦਾ, ਕਿਸੇ ਬੰਦੇ ਦੇ ਨਾਮ 'ਤੇ ਹੁੰਦਾ, ਚਲੋ ਫਿਰ ਤਾਂ ਤੁਸੀਂ ਸ਼ਰੇਆਮ ਜਿਹੜਾ ਉਹ ਤਾਲੇ ਲਾ ਸਕਦੇ ਵੀ ਸਾਨੂੰ ਲੋਨ ਜਿਹੜਾ ਉਹ ਨਹੀਂ ਦਿੱਤਾ। ਪਰ ਸਤਿਗੁਰੂਆਂ ਦੇ ਨਾਮ ਦੇ ਉੱਪਰ ਜਿਹੜਾ ਹੋਸਪਿਟਲ ਨੂੰ ਫਟਾਫਟ ਬੰਦ ਕਰਕੇ ਸੀਲ ਕਰ ਦੇਣਾ, ਇੱਕ ਸਮੁੱਚੇ ਰਵਿਦਾਸੀਆ ਸਮਾਜ, ਸਮੁੱਚੇ ਹੀ ਮੂਲਵਾਸੀ ਸਮਾਜ, ਸਮੁੱਚੇ ਹੀ ਬਹੁਜਨ ਸਮਾਜ ਦੀ ਜਿਹੜੀ ਇਹ ਮਾਨਸਿਕਤਾ ਨੂੰ ਦਿਖਾਇਆ ਗਿਆ, ਜਾਣ ਬੁੱਝ ਕੇ ਜਿਹੜਾ ਉੱਥੇ ਸ਼ਰੇਆਮ ਜਿਹੜੇ ਆ ਤਾਲੇ ਲਾਏ ਗਏ। ਸੋ ਉਸ ਤੋਂ ਬਾਅਦ ਜਦੋਂ ਉੱਥੇ ਅਸੀਂ ਪਹੁੰਚੇ, ਸਾਡੇ ਨਾਲ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਦਾ ਸੁਸਾਇਟੀ ਦੇ ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ ਜੀ, ਅਸੀਂ ਹੋਰ ਵੀ ਡੇਰਿਆਂ ਦੇ ਉੱਪਰ ਗੱਲਬਾਤ ਕੀਤੀ। ਸੋ ਡੇਰਾ ਸੱਖਣ ਬੱਲਾਂ ਦੇ ਟਰੱਸਟੀ ਸਾਹਿਬਾਨ ਅਤੇ ਹੋਰ ਜਿਹੜੇ ਮਹਾਂਪੁਰਸ਼ ਜਿਹੜੇ ਦਿੱਲੀ ਸੀਗੇ, ਜੋ ਵਿਦੇਸ਼ ਵਿੱਚ ਕਈਆਂ ਨਾਲ ਜਿਹੜੀ ਗੱਲਬਾਤ ਕੀਤੀ ਗਈ, ਜਿੰਨੇ ਸਾਡੇ NRI ਸਾਥੀ ਆ, ਹਰ ਕੰਟਰੀ ਸਾਥੀ ਦੇ ਵਿੱਚੋਂ ਫੋਨ ਆਇਆ, ਅਸੀਂ ਸਾਰਿਆਂ ਨੂੰ ਉਹ ਜਿਹੜੀ ਗੱਲਬਾਤ ਆ ਦੱਸੀ ਗਈ। ਸੋ ਦੱਸਣ ਤੋਂ ਬਾਅਦ ਇਹ ਆ ਵੀ ਜਿਹੜੇ ਡਾਕਟਰ ਬਾਲ ਸਾਹਿਬ ਸੀ ਪਹਿਲਾਂ ਉਹ ਹੋਸਪਿਟਲ 'ਚ ਲਾਉਂਦੇ ਸੀ, ਪਰ ਇਹਨਾਂ ਨੇ ਲੋਨ ਨਹੀਂ ਦੇ ਸਕਿਆ। ਪਰ ਉਹਨਾਂ ਦੀ ਵੀ ਗਲਤੀ ਸੀਗੀ ਵੀ ਸਾਡੇ ਜਿਹੜੇ ਰਹਿਬਰਾਂ ਦੇ ਨਾਂ 'ਤੇ ਤਾਲੇ ਲਾਉਣੇ, ਵੀ ਤੁਸੀਂ ਇਕੱਠੇ ਹੋ ਕੇ ਬੰਦੇ ਹੋ ਗਏ ਉਹਨਾਂ ਨੂੰ ਰੁਕਦੇ। ਰੁਕਣ ਤੋਂ ਪਹਿਲਾਂ ਜੇਕਰ ਪਤਾ ਸੀਗਾ ਵੀ ਜਿਹੜੀ ਕਿਸ਼ਤਾਂ ਨਹੀਂ ਦੇ ਹੁੰਦੀਆਂ ਵੀ ਜੇ ਪ੍ਰੋਬਲਮ ਆ, ਤਾਂ ਪਹਿਲਾਂ ਜਿਹੜਾ ਆ ਇਹਨਾਂ ਨੂੰ, ਸਾਡੇ ਸਮਾਜ ਨੂੰ ਅਤੇ ਸਾਨੂੰ ਸੰਤਾਂ ਮਹਾਂਪੁਰਸ਼ਾਂ ਨੂੰ, ਕਿਸੇ ਨੂੰ ਵੀ ਇਹ ਦੱਸਣਾ ਚਾਹੀਦਾ ਸੀਗਾ ਵੀ ਇੰਨੇ ਚਿਰ ਤੋਂ ਲੋਨ ਚੱਲ ਰਿਹਾ ਵੀ ਅਸੀਂ ਕਿਉਂ ਨਹੀਂ ਤਾਰ ਸਕੇ। ਸੋ ਬੈਂਕਾਂ ਨਾਲ ਵੀ ਗੱਲਬਾਤ ਹੋਈ ਵੀ 2021 ਤੋਂ ਜਿਹੜਾ ਇਹ ਅਕਾਊਂਟ ਆ NP ਹੋਇਆ ਸੀਗਾ। ਸੋ ਅਸੀਂ ਇਹ ਚਾਹੁੰਦੇ ਹਾਂ ਵੀ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਆ ਵੀ ਹੁਣ ਕੱਲ੍ਹ 18 ਤਰੀਕ ਦੈਨ ਵੀਰਵਾਰ ਪੂਰੇ 12 ਵਜੇ ਜਿਹੜਾ ਆ ਉਸ ਹੋਸਪਿਟਲ ਜਿਹੜਾ ਆ ਸਾਰੇ ਸਾਥੀ ਪਹੁੰਚੋ। ਸੰਤ ਸਮਾਜ ਨੂੰ ਬੇਨਤੀ ਕਰਦੇ ਹਾਂ, ਸਮੂਹ ਜਥੇਬੰਦੀਆਂ ਨੂੰ, ਚਾਹੇ ਉਹ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਹੋਵੇ, ਚਾਹੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਨਾਂ 'ਤੇ ਹੋਵੇ, ਚਾਹੇ ਭਗਵਾਨ ਬਾਲੀ ਮਹਾਰਾਜ ਦੇ ਨਾਂ 'ਤੇ ਹੋਵੇ, ਸਤਿਗੁਰੂ ਕਬੀਰ ਮਹਾਰਾਜ ਦੇ ਨਾਂ 'ਤੇ ਹੋਵੇ, ਸਮੁੱਚਾ ਸਮਾਜ, ਸਮੁੱਚੀ ਜਥੇਬੰਦੀਆਂ ਜਿਹੜੀਆਂ 12 ਵਜੇ ਉੱਥੇ ਪਹੁੰਚਣ ਤਾਂ ਜੋ ਵੱਡਾ ਇੱਕ ਜਿਹੜਾ ਐਕਸ਼ਨ ਲਿਆ ਜਾਵੇ ਜੇਕਰ ਲੋੜ ਪਈ ਸਾਰਿਆਂ ਸਲਾਹ ਦੇ ਨਾਲ ਅਤੇ ਆਪਾਂ ਜਿਹੜਾ ਉੱਥੇ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਪੱਕਾ ਧਰਨਾ ਜਿਹੜਾ ਦਿਨ ਰਾਤ ਦਾ ਲਾਵਾਂਗੇ ਅਤੇ ਉਹ ਸਾਡੇ ਰਹਿਬਰਾਂ ਦਾ ਜਿਹੜਾ ਉਹਨਾਂ ਨੇ ਜਿਹੜਾ ਬੇਅਦਬੀ ਕੀਤੀ ਉਹ ਪਰਚਾ ਜਿਹੜਾ ਬੈਂਕ ਦੇ ਉੱਪਰ ਏਜੰਸੀਆਂ 'ਤੇ ਤਹਿਸੀਲਦਾਰ ਜਿਹੜੇ ਆ ਜਿਹਨਾਂ ਨੇ ਤਾਲਾ ਲਾਇਆ ਉਹਨਾਂ ਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਆਪਾਂ ਕਰਾ ਸਕੀਏ। ਸੋ ਆਪਾਂ ਇਹ ਚਾਹੁੰਦੇ ਹਾਂ ਵੀ ਕਈ ਲੋਕਾਂ ਦਾ ਸਾਨੂੰ ਸਵਾਲ ਪੁੱਛਿਆ, ਆਪਾਂ ਸਾਰਿਆਂ ਨੂੰ ਇਹ ਕਿਹਾ ਬਈ ਜੋ ਬੇਅਦਬੀ ਜਿਹਨਾਂ ਨੇ ਸਾਥੀਆਂ ਨੇ ਕਰਾਈ, ਡਾਕਟਰਾਂ ਨੇ ਕਰਾਈ ਜਾਂ ਹੋਰ ਕਰਾਈ ਆ, ਉਹ ਸਾਰੇ ਡਾਕਟਰ ਜਿਹੜੇ ਨਵੇਂ ਰੱਖੇ ਜਾਊਂਗੇ
ਅਤੇ ਡਾਕਟਰ ਨਵੇਂ ਰੱਖੇ ਜਾਊਗੇ ਅਤੇ ਜਿਹੜੀ ਰਜਿਸਟਰੀ ਆ ਬੰਦੇ ਦੇ ਨਾਮ 'ਤੇ ਆ ਉਹ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਜਿਹੜੀ ਆ ਉਹਦੀ ਰਜਿਸਟਰੀ ਕਰਾਈ ਜਾਊਂਗੀ ਅਤੇ ਮੈਨੇਜਮੈਂਟ ਕਮੇਟੀ ਜਿਹੜੀ ਆ ਉਹ ਸੰਤ ਸਮਾਜ ਸਮੁੱਚੇ ਸੰਤ ਸਮਾਜ ਜਿਹੜੇ ਪੰਜਾਬ ਦੇ ਸਾਡੇ ਸੰਤ ਸਮਾਜ ਆ ਉਹ ਸਾਰਿਆਂ ਦੇ ਡੇਰਿਆਂ ਦੇ ਵਿੱਚੋਂ ਇੱਕ ਇੱਕ ਮਹਾਂਪੁਰਸ਼ ਨੂੰ ਜਿਹੜਾ ਲੈ ਕੇ ਪੰਜਾਬ ਦੇ ਜਿੰਨੇ ਸੰਤ ਸਮਾਜ ਡੇਰੇ ਆ ਉਹ ਸਾਰਿਆਂ ਨੂੰ ਉਹਦੀ ਦੇਖ ਰੇਖ ਵਿੱਚ ਉਹਨਾਂ ਦੇ ਨਾਮ 'ਤੇ ਕੀਤੀ ਜਾਊਂਗੀ ਅਤੇ ਜਿਹੜੇ NRI ਸਾਥੀ ਆ ਹਰ ਕੰਟਰੀ ਦੇ ਵਿੱਚੋਂ ਜਿਹੜੇ ਆ ਉਹ ਸਾਥੀ ਲੈ ਕੇ ਚਾਹੇ ਉਹ 200 ਮੈਂਬਰੀ ਪਵੇ ਜਾਂ 300 ਮੈਂਬਰੀ ਚਾਹੇ 400 ਮੈਂਬਰੀ ਅਤੇ CA ਇੱਕ ਰੱਖਿਆ ਜਾਊਗਾ ਨਵਾਂ ਜਿਹੜਾ ਕਿ ਮਹੀਨੇ ਬਾਅਦ ਇੱਕ ਇੱਕ ਰੁਪਏ ਦਾ ਹਿਸਾਬ ਜਿੰਨੇ ਪੈਸੇ ਆਏ ਜਿੰਨੇ ਗਏ ਜਿਨ੍ਹਾਂ ਸਾਥੀਆਂ ਨੇ 5,000 ਦਿੱਤਾ 10,000 ਦਿੱਤਾ ਉਹ ਬੰਦੇ ਦਾ ਫਰਜ਼ ਬਣਦਾ ਵੀ ਇੱਕ ਇੱਕ ਰੁਪਈਆ ਜਿਹੜਾ ਆ ਉਹ ਜਨਤਕ ਕਰੇ ਅਤੇ ਸਾਰੇ ਸਾਥੀਆਂ ਦਾ ਨਾਮ ਲੈ ਕੇ ਜਨਤਕ ਕਰੇ ਵੀ ਇਸ ਕੰਟਰੀ ਦੇ ਵਿੱਚੋਂ ਇੰਨੇ ਆ ਇਸ ਬੰਦੇ ਨੇ ਇੰਨੇ ਆ ਤਾਂ ਜੋ ਉਹ ਵੀਡੀਓ ਸੁਣ ਕੇ ਲੋਕ ਸਾਰੇ ਕਹਿਣ ਵੀ ਪੈਸੇ ਜਿਹੜੇ ਉੱਥੇ ਆ ਉਹ ਪਹੁੰਚੇ ਆ ਉਹ ਜੇਕਰ ਜਿਹੜਾ ਬੰਦਾ ਆ ਪਾਰਦਰਸ਼ੀ ਕੰਮ ਕਰਾਂਗੇ ਅਤੇ ਸਾਰੀ ਟੀਮ ਜਿਹੜੀ ਹੈ ਨਵੀਂ ਬਣਾ ਕੇ ਨਵੇਂ ਡਾਕਟਰ ਅਤੇ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਪ੍ਰੋਪਰਟੀ ਕਰਾਂਗੇ ਸੋ ਸਾਰੇ ਸਾਥੀ ਸਮੇਂ ਸਿਰ ਕੱਲ੍ਹ 18 ਤਰੀਕ ਨੂੰ ਜਿਹੜਾ 12 ਵਜੇ ਵੀਰਵਾਰ ਨੂੰ ਉੱਥੇ ਪਹੁੰਚੋ ਤਾਂ ਜੋ ਰੋਡ ਬੰਦ ਕਰਕੇ ਜਿਹੜਾ ਆਪਣੇ ਰਹਿਬਰਾਨਾ ਸਤਿਕਾਰ ਦੇ ਵਿੱਚ ਮਾਣ ਸਨਮਾਨ ਵਧਾ ਸਕੀਏ ਅਤੇ ਜਿਨ੍ਹਾਂ ਦੇ ਇਹਨਾਂ ਨੇ ਬੇਅਦਬੀ ਕੀਤੀ ਉਹਨਾਂ ਦੇ ਕਾਰਵਾਈ ਕਰਾ ਸਕੀਏ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ।